बीती रात पंजाब विच नशेड़ियां दे वल्लों नशे की पूर्ति दे लई लगातार लुट्ठां खोहां दियां दिल दहलाउण वालियां घटनावां नूं अंजाम दिता जा रहा है। इसे तरह की घटना तकरीबन रात 9 बजे समराला दे पिंड उटाला बाईपास दे नेड़े वापरी, जिस विच दो ट्रांसपोर्टरां दे वपरियां कुछ अणपछाते लुटेरियां दे वल्लों लुट की वारदात नूं अंजाम देण दे लई हमला किया गया। इस दे विच दोवें ट्रांसपोर्टर गंभीर रूप दे विच जख्मी हो गए। मेरा नाम गुरविंदर सिंह आ। गोविंद सिंह जी, मैं पिंड माणकी दा वासी हाँ। साडे रिलेटिव अपने बुजुर्ग हैगे ने घरे, वो आ रहे सीगे समराले तो माणकी नूं ही आ रहे सीगे, ते अचानक माणकी वाले सूए ते उन्हां उत्ते किसे बंदिया ने कुछ हाथ दे के उन्हां नूं रोकिया, ते कोई हेल्प शायद मंगी होगी उन्होंने रोक लिया, ते उन्हां नाल फिर उन्होंने बेसबॉल नाल बेस बैट नाल अटैक किया, ते उन्हां नूं पूरा लहू लहान करता। वो किसी तरह नाल भज के घरे आए, हुण उन्हां नूं असीं सिविल हॉस्पिटल लैके आए हैं। जेड़ा कि वो कौन सी कुछ नहीं पता हैगा, नशेड़ी ने की ने कुछ नहीं पता हैगा, लेकिन ये प्रशासन वल्लों पूरी लापरवाही है। टाइम कुछ भी नहीं होया हैगा, असी हुण इस टाइम 11 बजे सिविल हॉस्पिटल च हाँ, लेकिन ये घटना वापरी आ तकरीबन 1 घंटा 1.5 घंटा 9:30 बजे वापरी आ। ये कित्थे वापरी घटना है? ये अटाला दा सूआ जड़ा उत्थे। ते कुछ पता लगे गड्डी च किन्ने जाने सीगे? नहीं, उन्होंने तो वड्डी गड्डी च किन्ने जाने? दो जाने सीगे, बुजुर्ग ने हो। ते ओ किन्ने जाने सीगे जिहड़ा ने हमला? उन्होंने नहीं पता, किसने हाथ दित्ते, उन्होंने सोचा कि शायद लिफ्ट मांग रहे ने, मदद कर देने वास्ते रोक ली। की नाम है तुहाडा? परविंदर सिंह। ਤੁਸੀਂ ਕਿੱਥੇ ਰਹਿਣ ਵਾਲੇ? ਲੁਧਿਆਣਾ। ਇੱਥੇ ਮਾਣਕੀ ਪਿੰਡ ਕਿਵੇਂ? ਇਹ ਸਾਡੀ ਰਿਸ਼ਤੇਦਾਰੀ ਹੈ। ਕੀ ਵਾਰਦਾਤ ਹੋਈ ਤੁਹਾਡੇ ਨਾਲ ਰਾਤ? ਰਾਤ ਨੂੰ ਵਾਰਦਾਤ ਮੇਰੇ ਮਤਲਬ ਜ਼ਿਆਦਾ ਸੀ, ਅਟਾਲਾ ਤੋਂ ਭੰਗਲਾ ਵੱਲ ਨੂੰ ਮੁੜੇ ਆ। ਹਾਰਡਲੀ 2 ਕਿਲੋਮੀਟਰ ਅੱਗੇ ਜਾ ਕੇ ਇੱਕ ਸੂਏ ਦਾ ਬ੍ਰਿਜ ਆਉਂਦਾ, ਉਹਦੇ ਉੱਪਰ ਸਪੀਡ ਬ੍ਰੇਕਰ ਜ਼ਿਆਦਾ ਆਏ, ਅਤੇ ਉਹ ਸਪੀਡ ਬ੍ਰੇਕਰ ਕਰਕੇ ਮੈਂ ਗੱਡੀ ਸਲੋਅ ਕੀਤੀ, ਅਤੇ ਇੱਕ ਬਾਈਕ ਦੇ ਉੱਪਰ ਦੋ ਮੁੰਡੇ ਬੈਠੇ ਮੇਰੀ ਸਾਈਡ 'ਚ ਆ ਕੇ ਮੈਨੂੰ ਕਹਿਣ ਲੱਗੇ, ਅੰਕਲ ਜੀ ਤੁਹਾਡੇ ਮਤਲਬ ਗੱਡੀ 'ਚੋਂ ਅੱਗ ਨਿਕਲ ਰਹੀ ਹੈ। ਮੈਂ ਕਿਹਾ ਕਿੱਥੋਂ ਦੇ? ਕਹਿੰਦੇ ਪਿਛਲੇ ਟਾਇਰਾਂ ਕੋਲੋਂ। ਜਦ ਮੈਂ ਦੇਖਣ ਗਿਆ, ਉਦੋਂ ਪਹਿਲਾਂ ਇਹ ਉੱਤਰ ਕੇ ਰਜਿੰਦਰ ਸਿੰਘ ਉੱਤਰ ਕੇ ਟੋਰਚ ਨਾਲ ਦੇਖਣ ਲੱਗੇ, ਅਤੇ ਜਦ ਮੈਂ ਉੱਤਰ ਮੈਂ ਦੇਖਿਆ ਕੁਛ ਨਹੀਂ ਆ, ਮੈਂ ਇਹਨਾਂ ਨੂੰ ਆਵਾਜ਼ ਮਾਰੀ, ਮੈਂ ਕਿਹਾ ਰਾਜ ਫਟਾਫਟ ਬਹਿ ਜਾ, ਗਲਤ ਬੰਦੇ ਆ। ਅਤੇ ਜਦ ਮੈਂ ਬੈਠਣ ਲੱਗਿਆ, ਉਹਨਾਂ ਨੇ ਫਿਰ ਮੈਨੂੰ ਲੱਕ 'ਤੇ ਪੂਰੀ ਜ਼ੋਰ ਨਾਲ ਵਾਰ ਕੀਤਾ, ਅਤੇ ਜਿਹਦੇ ਵਿੱਚ ਮਿਰਚਾਂ ਵੀ ਸਿੱਟੀਆਂ, ਮਿਰਚਾਂ ਤਾਂ ਮੈਨੂੰ ਹੋਸਪਿਟਲ ਜਾ ਕੇ ਪਤਾ ਲੱਗਿਆ। ਫਿਰ ਮੇਰੀ ਅੱਖਾਂ ਦੀ ਨਿਗਾਹ ਵੀ ਜਾਣ ਲੱਗੀ, ਅਤੇ ਬਲੀਡਿੰਗ ਬਹੁਤ ਜ਼ਿਆਦਾ, ਜਿਹੜੇ ਕੱਪੜੇ ਤੁਸੀਂ ਰਾਤ ਦੇਖੇ ਵੀ ਹੋਣੇ ਆ। ਇਹਨਾਂ ਦੇ ਨਾਲ ਲੁੱਟ ਖੋਹ ਹੋਈ ਆ, ਅਤੇ ਸੱਟਾਂ ਕਾਫੀ ਜ਼ਿਆਦਾ ਨੇ ਸਿਰ 'ਤੇ ਅਤੇ ਨੱਕ ਮੂੰਹ 'ਤੇ ਹੈਗੀਆਂ ਨੇ, ਅਤੇ ਹੁਣ ਕਹਿ ਰਹੇ ਕਿ ਇੱਥੇ ਉਟਾਲਾ ਨੇੜੇ ਹੋਇਆ ਕਿਤੇ, ਅਤੇ ਹੁਣ ਅਸੀਂ ਉਹਨਾਂ ਦਾ ਪਰਚਾ ਕਰ ਰਹੇ ਹਾਂ। ਕੀ ਨਾਮ? ਇੱਕ ਦਾ ਨਾਮ ਰਜਿੰਦਰ ਸਿੰਘ ਹੈ ਅਤੇ ਦੂਜਾ ਨਾਮ ਪਰਮਿੰਦਰ ਸਿੰਘ ਹੈ। ਕਿੱਥੇ ਦਾ ਰਹਿਣ ਵਾਲੇ? ਇਹ ਮਾਣਕੀ ਦੇ ਨੇ, ਇੱਕ ਲੁਧਿਆਣੇ ਦਾ ਆ। ਕਿੰਨੀਆਂ ਸੱਟਾਂ? ਸੱਟਾਂ ਜ਼ਿਆਦਾ ਲੱਗ ਰਹੀਆਂ ਨੇ ਥੋੜ੍ਹੀਆਂ ਸਿਰ 'ਤੇ, ਜ਼ਿਆਦਾ ਸੀਰੀਅਸ ਦਾ ਹਜੇ ਕੁਛ ਕਹਿ ਨਹੀਂ ਸਕਦੇ ਹੈਗੇ, ਬਾਕੀ ਕੱਲ੍ਹ ਨੂੰ ਐਕਸਰੇ ਵਗੈਰਾ ਹੋਣਗੇ ਫਿਰ ਹੀ ਪਤਾ ਲੱਗੇ। ਹੋਸ਼ 'ਚ ਨੇ ਜਾਂ ਕਿਸ ਤਰ੍ਹਾਂ? ਹੋਸ਼ 'ਚ ਨੇ, ਫਿਲਹਾਲ ਹੋਸ਼ 'ਚ ਬੋਲ ਰਹੇ ਆ, ਸਾਰਾ ਕੁਛ ਦੱਸ ਰਹੇ ਵੀ ਸਾਡੇ ਨਾਲ ਕੀ ਹੋਇਆ, ਕਿਵੇਂ ਹੋਇਆ, ਅਤੇ ਕਿਵੇਂ ਉਹਨਾਂ ਨੇ ਸਾਨੂੰ ਰੋਕਿਆ, ਉਹ ਸਾਰਾ ਕੁਛ ਦੱਸ ਰਹੇ ਆ, ਇੰਸੀਡੈਂਟ ਦੱਸ ਰਹੇ ਆ।